ਕੁਝ ਲੋਕ ਸਰਕਾਰੀ ਕੋਠੀਆਂ ਦੇ ਵਿੱਚ ਹੀ ਸਿਮਟ ਕੇ ਰਹਿ ਗਏ। ਮੇਰੇ ਭਰਾਵੋ, ਇਹਨਾਂ ਨੂੰ ਮੂੰਹ ਨਾ ਲਾਇਓ। ਨਹੀਂ ਦਿੱਤਾ ਸਰਕਾਰੀ ਕੋਠੀ ਦਾ ਕਿਰਾਇਆ, ਉਹ ਹੁਣ NOC ਜਿਹੜੀ ਆ ਉਹ ਲੈਣ ਤੋਂ ਪਹਿਲਾਂ ਕਾਗਜ਼ ਰੱਦ ਹੋ ਜਾਣਗੇ। MP ਸਾਹਿਬ, ਸੁਣੇ ਤਾਂ ਹੈ ਕਿ ਰਵਨੀਤ ਪਿੱਟੂ ਨਾਮ ਦਾ ਇੱਕ MP ਹੈਗਾ, ਲੇਕਿਨ ਕਿਸੇ ਨੇ ਵੇਖਿਆ ਨਹੀਂ। ਪਿੱਟੂ ਜੀ, ਕੋਈ ਵੱਖਰੀ ਚੀਜ਼ ਅਗਰ ਲੈ ਕੇ ਆਏ ਤਾਂ ਪਲੀਜ਼ ਮੈਨੂੰ ਦੱਸਣ, ਮੈਂ ਉਹਨਾਂ ਨੂੰ ਧੰਨਵਾਦ ਕਰਾਂਗਾ। ਔਰ ਲੁਧਿਆਣੇ ਦੇ ਲੋਕਾਂ ਨੂੰ ਤਾਂ ਪਤਾ ਹੋਣਾ ਚਾਹੀਦਾ ਹੈ। ਉਹ ਮੋਦੀ ਜੀ ਨਾਲ ਇੱਕ ਗੱਲ ਸੀ ਤੁਹਾਡੀ, ਅਸੀਂ ਕਿਹਨੇ ਰੋਕਿਆ ਕੰਮ ਕਰਨ ਤੋਂ? ਟੈਲੀਫੋਨ ਚੱਕਣ ਤੋਂ ਵੀ ਕਾਂਗਰਸ ਪਾਰਟੀ ਰਾਹੁਲ ਗਾਂਧੀ ਰੋਕ ਰਿਹਾ ਸੀ। ਕੀ ਬਿੱਟੂ ਜੀ ਨੇ ਟੈਲੀਫੋਨ ਹੀ ਨਹੀਂ ਕਿਸੇ ਦਾ ਚੱਕਿਆ? ਬਿੱਟੂ ਜੀ ਕਿਸੇ ਨੂੰ ਵਿਖਾਈ ਨਹੀਂ ਦਿੱਤੇ। ਦੈਟਸ ਵਾਈ 10 ਸਾਲਾਂ ਦੀ ਕਾਲ ਰਿਕਾਰਡ ਕਰਾਓ। ਜਿੰਨੀਆਂ ਕਾਲਸ ਬਿੱਟੂ ਜੀ ਨੇ ਰਿਸੀਵ ਕੀਤੀਆਂ ਹੋਣੀਆਂ ਉਨੀਆਂ ਤਾਂ ਮੈਂ 10 ਦਿਨਾਂ 'ਚ ਰਿਸੀਵ ਕਰ ਲੈਂਦਾ ਸਰਕਾਰ। ਛੋਟੇ ਛੋਟੇ ਜਿਹੜੇ ਲਾਲਚ ਹੈ ਨਾ, ਇਹਨਾਂ ਨੇ ਬਿੱਟੂ ਜੀ ਮੇਰੇ ਭਰਾ ਦੇ ਜੀਵਨ 'ਤੇ ਕੁਐਸਚਨ ਮਾਰਕ ਲਾਤਾ। ਸੋ ਮਾਨ ਸਾਹਿਬ ਜਿਹੜੇ ਪੰਜਾਬ ਦੇ ਪੁੱਤਰ ਹੈ, ਔਰ ਮੈਂ ਸਮਝਦਾ ਕਿ ਪੰਜਾਬ ਦੇ ਲੋਕਾਂ ਨੇ ਉਹਨਾਂ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਾਇਆ। ਜਿਹੜੇ ਘਰ, ਇਹ ਮਹਿਲ ਬਾੜੀਆਂ, ਇਹ ਪੰਜਾਬ ਦੇ ਲੋਕਾਂ ਦੀ ਬਦੌਲਤ ਹੈ। ਮੈਨੂੰ ਅਕਸਰ ਯਾਦ ਹੈ ਕਿ ਜਦੋਂ ਅਸੀਂ ਸਰਕਾਰ 'ਚ ਹੁੰਦੇ ਸਨ ਤਾਂ ਬਹੁਤ ਸਾਰੇ ਐਜੀਟੇਸ਼ਨ ਕਰਨ ਵਾਲੇ ਸਾਡੇ ਘਰ ਆ ਜਾਂਦੇ ਸੀ। ਪੁਲਿਸ ਬੈਰੀਗੇਟਿੰਗ ਲਾ ਦਿੰਦੀ ਸੀ, ਉੱਥੇ ਡੰਡੇ ਵਾਲੀ ਪੁਲਿਸ ਆ ਜਾਂਦੀ ਸੀ, ਅਤੇ ਮੈਂ ਉਹਨਾਂ ਨੂੰ ਹਮੇਸ਼ਾ ਕਹਿੰਦਾ ਸੀ ਕਿ ਮੇਰੇ ਘਰ ਤੋਂ ਚਲੇ ਜਾਓ। ਕਹਿੰਦੇ ਨਹੀਂ ਸਰ, ਫਿਰ ਉਹ ਪ੍ਰੋਟੋਕੋਲ 'ਚ। ਮੈਂ ਕਿਹਾ ਬਿਲਕੁਲ ਚਲੇ ਜਾਓ, ਬੈਰੀਗੇਟਿੰਗ ਆਪਦੇ ਲੈ ਜਾਓ। ਮੈਂ ਆਪਦੇ ਘਰ ਦਾ ਦਰਵਾਜ਼ਾ ਖੋਲ੍ਹ ਦਿੰਦਾ ਸੀ, ਇਹ ਤਸਵੀਰਾਂ ਵੀ ਹੈਗੀਆਂ ਫੇਸਬੁੱਕ 'ਤੇ, ਅਤੇ ਫਿਰ ਉਹ ਮੇਰੇ ਲੌਂਚ 'ਚ ਆ ਜਾਂਦੇ ਸੀ। ਫਿਰ ਮੈਂ ਲੌਂਚ 'ਚ ਦਰੀਆਂ ਵਿਛਾ ਕੇ ਉਹਨਾਂ ਨੂੰ ਠੰਡਾ ਪਿਆ ਕੇ ਉਹਨਾਂ ਨਾਲ ਬੈਠਦਾ ਸੀ, ਅਤੇ ਮੈਂ ਉਹਨਾਂ ਨੂੰ ਕਹਿੰਦਾ ਸੀ ਜਦੋਂ ਤੁਹਾਡਾ ਰਾਂਝਾ ਰਾਜੀ ਹੋ ਜੇ, ਜਾਂ ਮਤਲਬ ਕਿ ਤੁਹਾਡਾ ਮਨ ਠੀਕ ਲੱਗੇ ਤੁਹਾਨੂੰ, ਉਦੋਂ ਤੁਸੀਂ ਮੇਰੇ ਖਿਲਾਫ਼ ਮੁਰਦਾਬਾਦ ਦਾ ਨਾਰਾ ਲਾਉਣਾ ਬੰਦ ਕਰਿਓ। ਨਹੀਂ, ਮੇਰਾ ਘਰ ਹੈ, ਇਹ ਮੇਰਾ ਘਰ ਨਹੀਂ, ਇਹ ਤੁਹਾਡਾ ਘਰ ਹੈ, ਇਹ ਤੁਹਾਡੀ ਬਦੌਲਤ ਸਾਨੂੰ ਇੱਥੋਂ ਤੱਕ ਅਸੀਂ ਲੋਕ ਪਹੁੰਚੇ। ਸੋ ਮੈਂ ਸਮਝਦਾ ਕਿ ਇਹ ਜਿਹੜੀ ਜਨਤਾ, ਇਹਨਾਂ ਦੇ ਚਰਨਾਂ ਦੀ ਮਿੱਟੀ ਸਾਨੂੰ ਮੱਥੇ 'ਤੇ ਲਾਉਣੀ ਚਾਹੀਦੀ ਹੈ। ਜੇ ਕੋਈ ਆ ਜਾਏਗਾ, ਇੰਨੀਆਂ ਵੱਡੀਆਂ ਸਰਕਾਰੀ ਕੋਠੀਆਂ, ਮੈਂ ਤਾਂ ਕਹਾਂਗਾ ਕਿ ਅੰਦਰ ਹੀ ਬਿਠਾ ਲਓ, ਔਰ ਆਪਣੇ ਆਪ ਲੋਕ ਕੋਈ ਐਂ ਨਹੀਂ ਗਾ ਕਿ ਘਰਾਂ 'ਚ ਵੜ ਜਾਣਗੇ। ਅੰਦੋਲਨਕਾਰੀ ਹੈ, ਆਪਦੀ ਗੱਲ ਕਰਨੀ ਚਾਹੁੰਦੇ ਹੈ, ਆਪਦੀ ਬਾਤ ਕਰਨਾ ਚਾਹੁੰਦੇ ਆ, ਉਹਨਾਂ ਦੇ ਖਿਲਾਫ਼ ਤੁਸੀਂ ਸੁਪਰੀਮ ਕੋਰਟ 'ਚ ਜਾਓ, ਇਹ ਗੱਲ ਕੋਈ ਚੰਗੀ ਨਹੀਂ ਹੈ। ਡਰ ਕੀ ਉਹਨਾਂ ਨੂੰ? ਇਸ ਤੋਂ ਚੰਗਾ ਤਾਂ ਤੁਸੀਂ ਆਪ ਹੀ ਪੁਲਿਸ ਤੋਂ ਕੁਛ ਕਰਾ ਕੇ ਉਹਨਾਂ ਨੂੰ ਉਠਾ ਦਿਓ। ਵਿਚਾਰੇ ਨੂੰ ਡਰ ਕੀ ਹੋਣਾ ਹੈ? ਕੋਈ ਡਰ ਨਹੀਂ ਹੈ, ਡਰ ਇਹ ਹੈ ਕਿ ਰੋਜ਼ਾਨਾ ਰੋਜ਼ਾਨਾ ਹੁਣ ਜਿਹੜੀ ਜਨਤਾ ਨੂੰ ਤੋਂ ਇਹ ਸੱਤਾ ਲਈ ਸੀ, ਹੁਣ ਉਹਨਾਂ ਤੋਂ ਨਫ਼ਰਤ ਹੋ ਗਈ, ਇਹੀ ਡਰ ਹੈ। ਸਰ, ਕੱਲ੍ਹ ਦੇ ਗ੍ਰੈਂਡ ਸ਼ੋਅ ਤੋਂ ਬਾਅਦ ਅੱਜ ਤੁਹਾਡਾ ਦਿਨ ਕਿਵੇਂ ਸ਼ੁਰੂ ਹੋਇਆ ਅਤੇ ਕੀ ਮੀਟਿੰਗ ਕਰਾਂਗੇ? ਇਹ ਹੁਣ ਹੌਲੀ ਹੌਲੀ ਤੁਹਾਨੂੰ ਨਾਲ ਰੱਖਿਆ ਕਰਾਂਗੇ। ਸੁਬਾਹ ਕਿੱਥੇ ਗਏ, ਕਿਵੇਂ ਗਏ, ਅੱਜ ਕੁਝ ਵਰਕਰ ਸਾਥੀਆਂ ਨੂੰ ਮਿਲੇ, ਅੱਜ ਸਾਡੀਆਂ ਮੀਟਿੰਗਾਂ ਸੀਗੀਆਂ, ਪਹਿਲਾਂ ਸਾਡੇ ਤਲਵਾਰ ਸਾਹਿਬ ਦੇ, ਉੱਥੇ ਮੇਨ ਵਰਕਰਾਂ ਨਾਲ ਗੱਲ ਕੀਤੀ, ਫਿਰ ਡਾਬਰ ਸਾਹਿਬ ਦੇ ਕੀਤੀ, ਹੁਣ ਮੈਂ ਪਾਂਡੇ ਸਾਹਿਬ ਦੇ ਚੱਲਿਆ। ਔਰ ਨਾਲ ਹੀ ਨਾਲ ਇਹ ਜਿਹੜੀਆਂ ਸੰਸਥਾਵਾਂ, ਗਊਸ਼ਾਲਾ ਅਤੇ ਹੋਰ ਸਾਰੀਆਂ ਸੰਸਥਾਵਾਂ ਦੇ ਨਕਮਸਤਕ ਵੀ ਹੋਣਾ, ਸੇਵਾ ਵੀ ਨਿਭਾਉਣੀ ਹੈ। ਸੋ ਇਸ ਕਰਕੇ ਇਸ ਤਰ੍ਹਾਂ ਦੀ ਅੱਜ ਦਾ ਜਿਹੜੀ ਦਿਨ ਦੀ ਪ੍ਰਕਿਰਿਆ ਰਹੀ ਹੈ। ਲੁਧਿਆਣੇ ਦੇ ਬਹੁਤ ਸਾਰੇ ਮੁੱਦੇ ਨੇ। ਪਹਿਲ ਸਭ ਤੋਂ ਵੱਡਾ ਮੁੱਦਾ ਤਾਂ ਇੰਡਸਟਰੀ ਦਾ ਮੁੱਦਾ ਹੈ ਕਿ ਇੱਥੋਂ ਦੀ ਇੰਡਸਟਰੀ ਹੁਣ ਬਾਹਰ ਜਾ ਰਹੀ ਹੈ, ਜੰਮੂ ਜਾ ਰਹੀ ਹੈ, ਜਬਲਪੁਰ ਜਾ ਰਹੀ ਹੈ, UP ਜਾ ਰਹੀ ਹੈ। ਸੋ ਇਸ ਇੰਡਸਟਰੀ ਨੂੰ ਪੰਜਾਬ 'ਚ ਕਿਵੇਂ ਰੋਕਿਆ ਜਾਵੇ, ਔਰ ਕਿਹੜੀਆਂ ਕਿਹੜੀਆਂ ਸਹੂਲਤਾਂ ਇੰਡਸਟਰੀ ਨੂੰ ਦੇਈਏ ਤਾਂ ਜੋ ਇਨਵਾਇਰਮੈਂਟ ਫਰੈਂਡਲੀ ਬਣੇ,
ਔਰ ਗਵਰਨਮੈਂਟ ਫਰੈਂਡਲੀ ਇੰਡਸਟਰੀ ਨੂੰ ਇਹ ਲੱਗੇਗੀ ਗਵਰਨਮੈਂਟ ਸਾਡੇ ਨਾਲ ਖੜੀ ਹੈ। ਦੂਸਰਾ ਪੋਲਿਊਸ਼ਨ ਦਾ ਬਹੁਤ ਵੱਡਾ ਮੁੱਦਾ ਹੈ, ਇਧਰ ਇਟਸ ਅ ਬੁੱਢਾ ਨਾਲਾ, ਇਧਰ ਹੋਰ ਸਾਰੇ, ਸੋ ਉਹਦੀ ਸਮੱਸਿਆ ਬਹੁਤ ਗੰਭੀਰ ਹੈ। ਆਉਣ ਵਾਲੇ ਸਮੇਂ ਦੇ ਵਿੱਚ ਇਹ ਪੋਲਿਊਸ਼ਨ ਹੈ ਜਿਹੜਾ ਉਹ ਲੁਧਿਆਣਾ ਦੇ ਲੋਕਾਂ ਨੂੰ ਨਿਗਲ ਲਏਗਾ। ਅਗਰ ਤੁਹਾਡੇ ਟਾਈਮ ਦੇ ਉੱਤੇ ਸਰਕਾਰ ਦੇ ਟਾਈਮ ਦੇ ਉੱਤੇ 650 ਕਰੋੜ ਲੈ ਕੇ ਆਏ ਸੀ ਰਵਨੀਤ ਸਿੰਘ ਮਿੱਟੂ, ਲੱਗਦਾ ਕਿ ਉਹਨਾਂ ਨੇ ਕੰਮ ਕੀਤਾ? ਮੈਨੂੰ ਪਤਾ ਨਹੀਂ ਹੈ ਕਿਹੜਾ 650 ਕਰੋੜ ਰੁਪਇਆ ਆਇਆ ਜਾਂ ਕਿੱਥੇ ਆਇਆ। ਕੁਡ ਯੂ ਸ਼ੋ ਮੀ ਦਾ ਲੈਟਰ ਕਿ 650 ਕਰੋੜ ਰੁਪਇਆ ਕਿੱਥੋਂ ਆਇਆ? ਕਾਗਜ਼ੀ ਪੱਤਰੀ ਆਇਆ, ਜਿੰਨਾ ਚਿਕਰ ਅਥੈਂਟਿਸਿਟੀ ਕੋਈ ਨਾ ਹੋਵੇ, ਕਿਸੇ ਤੋਂ ਸੁਣੀ ਸੁਣਾਈ ਗੱਲ, ਵੇਅਰ ਇਜ਼ ਦੈਟ 650 ਕਰੋੜ? ਮਿੱਟੂ ਖੁਦ ਹੀ ਕਹਿ ਰਹੇ ਸੀ ਕਹਿਣਾ ਤੇ ਕਰਨੀ 'ਚ, ਮੈਨੂੰ ਉਹਦੀ ਚਿੱਠੀ ਅਲੋਟਮੈਂਟ ਸਿਸਟਮ ਕਿਹਨੇ ਦਿੱਤਾ ਉਹ ਪਤਾ ਲੱਗਣਾ ਚਾਹੀਦਾ। ਕੌਣ ਲੈ ਕੇ ਆਏ ਸੀ? ਕੇਂਦਰ ਸਰਕਾਰ ਤੋਂ ਲੈ ਕੇ ਆਏ ਸੀ। ਮੈਂ ਕਿਹਾ ਦੱਸਣ, ਕੋਈ ਸਬੂਤ ਕਰਨ। ਹਾਂ, ਸਮਾਰਟ ਸਿਟੀ ਪ੍ਰੋਜੈਕਟ ਦੇ ਤਹਿਤ ਇਹ ਸਮਾਰਟ ਸਿਟੀ ਜਿਹੜਾ ਪ੍ਰੋਜੈਕਟ ਹੈ, ਵੈਸੇ ਵੀ ਇਹ ਪੂਰੇ ਦੇਸ਼ ਨੂੰ ਜਿਹੜਾ ਮਿਲਿਆ ਸੀਗਾ, ਨੋਟ ਬਿਕੋਜ਼ ਆਫ ਲੁਧਿਆਣਾ ਬਿੱਟੂ ਕਰਕੇ। ਬਿੱਟੂ ਜੀ ਕੋਈ ਵੱਖਰੀ ਚੀਜ਼ ਅਗਰ ਲੈ ਕੇ ਆਏ ਤਾਂ ਪਲੀਜ਼ ਮੈਨੂੰ ਦੱਸਣ, ਮੈਂ ਉਹਨਾਂ ਨੂੰ ਧੰਨਵਾਦ ਕਰਾਂਗਾ। ਔਰ ਲੁਧਿਆਣੇ ਦੇ ਲੋਕਾਂ ਨੂੰ ਤਾਂ ਪਤਾ ਹੋਣਾ ਚਾਹੀਦਾ। ਸਰ ਉਹ ਕਹਿੰਦੇ ਕਾਂਗਰਸ 'ਚ ਰਹਿ ਕੇ ਮੈਨੂੰ ਕੰਮ ਨਹੀਂ ਕਰਨ ਦਿੱਤਾ ਗਿਆ ਤਾਂ ਹੀ ਅਸੀਂ ਕਰਕੇ। ਉਹ ਯਾਰ, ਜਦੋਂ ਮੋਦੀ ਜੀ ਨਾਲ ਇੱਕ ਗੱਲ ਸੀ ਤੁਹਾਡੀ, ਅਸੀਂ ਕਿਹਨੇ ਰੋਕਿਆ ਕੰਮ ਕਰਨ ਤੋਂ? ਟੈਲੀਫੋਨ ਚੱਕਣ ਤੋਂ ਵੀ ਕਾਂਗਰਸ ਪਾਰਟੀ ਰਾਹੁਲ ਗਾਂਧੀ ਰੋਕ ਰਿਹਾ ਸੀ। ਅੱਜ ਮੁੱਦਾ ਕੀ ਹੈ ਕਿ ਬਿੱਟੂ ਜੀ ਨੇ ਟੈਲੀਫੋਨ ਹੀ ਨਹੀਂ ਕਿਸੇ ਦਾ ਚੱਕਿਆ, ਬਿੱਟੂ ਜੀ ਕਿਸੇ ਨੂੰ ਵਿਖਾਈ ਨਹੀਂ ਦਿੱਤੇ। ਦੈਟਸ ਵਾਏ ਮੈਂ ਕਿਹਾ ਇਹ ਗੋਸ਼ਟ ਦੀ ਤਰ੍ਹਾਂ ਹੈ ਕੰਮ, ਕਿ ਉਹ ਸੁਣਿਆ ਤਾਂ ਹੁੰਦਾ ਹੈ ਲੇਕਿਨ ਕਿਸੇ ਨੇ ਵੇਖਿਆ ਨਹੀਂ ਹੁੰਦਾ। MP ਸਾਹਿਬ ਸੁਣੇ ਤਾਂ ਹੈ ਕਿ ਰਵਨੀਤ ਮਿੱਟੂ ਨਾਮ ਦਾ ਇੱਕ MP ਹੈਗਾ ਲੇਕਿਨ ਕਿਸੇ ਨੇ ਵੇਖਿਆ ਨਹੀਂ। ਸੋ ਟੈਲੀਫੋਨ ਕਰਨ, ਟੈਲੀਫੋਨ ਚੱਕਣ 'ਤੇ ਕੋਈ ਰੋਕ ਸੀ ਰਾਹੁਲ ਗਾਂਧੀ ਵੱਲੋਂ, ਕਾਂਗਰਸ ਪਾਰਟੀ ਵੱਲੋਂ? ਲੋਕਾਂ ਦੇ ਮਨ ਦੀ ਪੀੜਾ, ਲੋਕਾਂ ਦੇ ਦੁੱਖ ਸੁੱਖ 'ਚ ਨਹੀਂ ਆਏ? ਕਿਸੇ ਨੇ ਵੇਖਿਆ ਗਊਸ਼ਾਲਾ 'ਚ ਕਿੰਨੇ ਵਾਰੀ ਆ ਗਏ ਬਿੱਟੂ ਜੀ? ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਤੁਸੀਂ ਜੇ ਉਹ ਅੰਕੜੇ ਕੱਢ ਲਓਗੇ, ਬਿੱਟੂ ਜੀ ਦੀ ਕਾਲ ਰਿਕਾਰਡ ਕਢਾ ਲਓ, 10 ਸਾਲਾਂ ਦੀ ਕਾਲ ਰਿਕਾਰਡ ਕਢਾਓ, ਜਿੰਨੀਆਂ ਕਾਲਸ ਬਿੱਟੂ ਜੀ ਨੇ ਰਿਸੀਵ ਕੀਤੀਆਂ ਹੋਣੀਆਂ ਉਨੀਆਂ ਤਾਂ ਮੈਂ 10 ਦਿਨਾਂ 'ਚ ਰਿਸੀਵ ਕਰ ਲੈਂਦਾ। ਸਰ, ਸਰਕਾਰੀ ਕੋਠੀ ਦਾ ਕਿਰਾਇਆ ਵੀ ਦਿੱਤਾ? ਨਹੀਂ ਦਿੱਤਾ ਸਰਕਾਰੀ ਕੋਠੀ ਦਾ ਕਿਰਾਇਆ। ਸਰ, ਪਰ ਕਿਤੇ ਉਹ ਹੁਣ NOC ਜਿਹੜੀ ਆ ਉਹ ਲੈਣ ਤੋਂ ਪਹਿਲਾਂ ਕਾਗਜ਼ ਰੱਦ ਹੋ ਜਾਣਗੇ, ਹੁਣ ਦੇ ਦੇਗਾ। ਹੁਣ ਵੀ ਜਿਹੜੀਆਂ ਸਰਕਾਰੀ ਕੋਠੀਆਂ, ਕੁਝ ਲੋਕ ਸਰਕਾਰੀ ਕੋਠੀਆਂ ਦੇ ਵਿੱਚ ਹੀ ਸਿਮਟ ਕੇ ਰਹਿ ਗਏ ਅਤੇ ਸਿਕਿਉਰਿਟੀ 'ਚ ਹੀ ਸਿਮਟ ਕੇ ਰਹਿ ਗਏ। ਜਨਤਾ ਦਾ ਬਹੁਤ ਵੱਡਾ ਪ੍ਰੇਮ ਜਿਹੜਾ ਬਿੱਟੀ ਜੀ ਨੂੰ ਮਿਲਿਆ ਸੀ, ਪਰ ਮੈਨੂੰ ਲੱਗਦਾ ਇਹ ਛੋਟੇ ਛੋਟੇ ਜਿਹੜੇ ਲਾਲਚ ਹੈ ਨਾ, ਇਹਨਾਂ ਨੇ ਬਿੱਟੂ ਜੀ ਮੇਰੇ ਭਰਾ ਦੇ ਜੀਵਨ 'ਤੇ ਕੁਐਸਚਨ ਮਾਰਕ ਲਾਤਾ, ਸਵਾਲੀਆ ਚਿੰਨ੍ਹ ਖੜਾ ਕਰਤਾ। ਔਰ ਮੈਂ ਤੁਹਾਨੂੰ ਇਹ ਵੀ ਕਰਾਂਗਾ, ਬਿੱਟੂ ਜੀ, ਹੈਲੋ ਬਿੱਟੂ ਜੀ, ਮੈਂ ਸਮਝਦਾ ਕਿ ਜਿਵੇਂ ਚੁਣਾਵੀ ਸੈਲਾਨੀ ਲੁਧਿਆਣੇ 'ਚ ਆਉਂਦਾ ਹੈ, ਉਹ ਇਸ ਤਰ੍ਹਾਂ ਆਉਂਦੇ ਆ। ਇਹਨਾਂ ਦਾ ਨਾਮ ਰੱਖਿਆ ਮੈਂ ਚੁਣਾਵੀ ਸੈਲਾਨੀ, ਯਾਨੀ ਕਿ ਟੂਰਿਸਟ, ਇਲੈਕਟ੍ਰੋਲ ਟੂਰਿਸਟ। ਜਦੋਂ ਚੁਣਾਵ ਹੁੰਦਾ ਉਦੋਂ ਬਿੱਟੂ ਜੀ ਵੇਖਦੇ ਹੈ, ਇਹ ਚੁਣਾਵੀ ਸੈਲਾਨੀ ਦੀ ਤਰ੍ਹਾਂ ਹੈ ਮੇਰੇ ਭਰਾ ਬਿੱਟੂ ਜੀ। ਸਰ, ਸੁਖਬੀਰ ਸਿੰਘ ਬਾਦਲ ਤੁਹਾਡੇ ਬਾਰੇ? ਹਾਂ, ਸੁਖਬੀਰ ਕੀ ਕਿਹਾ ਸੁਖਬੀਰ ਜੀ ਨੇ? ਟਰਾਂਸਪੋਰਟ ਮੰਤਰੀ ਰਹੇ ਨੇ, ਕਹਿੰਦੇ ਘੁਟਾਲਾ ਬੜਾ ਕਿਉਂਕਿ ਤੁਹਾਡੀਆਂ ਬੱਸਾਂ ਰਾਜੇ ਵੜਿੰਗਣੇ ਫੜੀਆਂ ਬਿੱਟ ਵਾਰੀ ਵਾਰੀ ਸੁਪਨੇ 'ਚ ਆਦਰਨੀਆਂ ਸੁਖਬੀਰ ਸਿੰਘ ਬਾਦਲ ਜੀ, ਮੈਂ ਕਦੇ ਨਹੀਂ ਇਹੋ ਜਿਹੀ ਗੱਲ ਕਹਿਣਾ ਚਾਹੁੰਦਾ, ਪਰ ਜਦੋਂ ਤੁਸੀਂ ਇਹੋ ਜਿਹੀ ਨੀਵੀਂ ਗੱਲ ਕਰੋਗੇ ਫਿਰ ਮੈਨੂੰ ਉਹਦਾ ਜਵਾਬ ਉਵੇਂ ਦੇਣਾ ਪੈਣਾ। 60 ਸਾਲਾਂ ਦੀ ਉਮਰ 'ਚ ਕਦੇ ਸੁਖਬੀਰ ਸਿੰਘ ਬਾਦਲ ਜੀ ਨੇ ਸੋਚਿਆ ਨਹੀਂ ਹੋਣਾ ਕਿ ਕੋਈ ਸਾਡੀ ਵੀ ਬੱਸ ਫੜ ਕੇ ਥਾਣੇ 'ਚ ਦੇ ਸਕਦਾ ਹੈ। ਰਾਜਾ ਵੜਿੰਗ ਇਸ ਕਰਕੇ ਸੁਪਨੇ 'ਚ ਵਿਖਦਾ ਹੈ ਔਰ ਇਸ ਕਰਕੇ ਰਾਜੇ ਵੜਿੰਗ ਦੀ ਗੱਲ ਕੀਤੀ ਜਾਂਦੀ ਹੈ ਕਿ ਜਿਹੜਾ ਬੱਸ ਮਾਫੀਆ ਆਦਰਨੀਆਂ ਬਾਦਲ ਪਰਿਵਾਰ ਵੱਲੋਂ ਚਲਾਇਆ ਗਿਆ ਸੀ, ਉਹਦੇ 'ਤੇ ਰਾਜੇ ਵੜਿੰਗ ਨੇ ਨੱਥ ਪਾਈ ਅਤੇ ਰੋਜ਼ਾਨਾ ਬਾਦਲ ਵਾਲਿਆਂ ਦੀਆਂ ਬੱਸਾਂ ਫੜ ਕੇ ਮੈਂ ਅੰਦਰ ਦਿੱਤੀਆਂ। ਅੱਜ ਗਵਰਨਮੈਂਟ ਦੀ ਕਿਸੇ ਬੱਸ ਚੜ੍ਹ ਜਾਓ, PRTC ਦੀ ਬੱਸ ਚੜ੍ਹ ਜਾਓ, ਰੋਡਵੇਜ਼ ਦੀ, ਮੈਂ ਤੁਹਾਨੂੰ ਲੈ ਕੇ ਚੱਲਾਂਗਾ ਕੱਲ੍ਹ ਪਰਸੋਂ ਬੱਸ ਅੱਡੇ 'ਚ।
ਉੱਥੇ ਤੁਸੀਂ ਇਹ ਗੱਲ ਪੁੱਛਣੀ ਹੈ ਕਿ ਪੰਜਾਬ ਦਾ ਸਭ ਤੋਂ ਬਿਹਤਰੀਨ ਟਰਾਂਸਪੋਰਟ ਮੰਤਰੀ ਕੌਣ ਰਿਹਾ, ਇਹ ਡਰਾਈਵਰ ਅਤੇ ਕਨੈਕਟਰ ਨੂੰ ਪੁੱਛਣੀ, ਔਰ ਮੈਂ ਤੁਹਾਨੂੰ ਕਹੂੰਗਾ ਜਾ ਕੇ ਫੀਡਬੈਕ ਲੈ ਕੇ ਆਇਓ ਅਤੇ ਉਹ ਤੁਹਾਨੂੰ ਕਹਿਣਗੇ। ਮੈਂ ਆਸ ਕਰਦਾ ਕਿ ਉਹ ਕਹਿਣਗੇ ਕਿ ਰਾਜਾ ਵੜਿੰਗ ਸਭ ਤੋਂ ਵਧੀਆ ਟਰਾਂਸਪੋਰਟ ਮੰਤਰੀ ਅੱਜ ਤੱਕ ਦਾ ਰਿਹਾ। ਔਰ ਸੁਖਬੀਰ ਬਾਦਲ ਜੀ ਨੂੰ ਜੋ ਲੋਕ ਕਹਿੰਦੇ ਹੈ ਉਹ ਮੈਂ ਨਹੀਂ ਕਹਿਣਾ, ਕਿਉਂਕਿ ਹੁਣ ਇਹ ਮਰਿਆਦਾ ਤੋਂ ਥੱਲੇ ਹੋ ਜਾਏਗਾ। ਉਹ ਹਾਂ, ਉਹ ਤਾਂ ਪਾਣੀ ਵਾਲੀ ਬੱਸ, ਹੁਣ ਉਹਨਾਂ ਦਾ ਇੱਕ ਪਹਿਲਾਂ ਸੁਖਬੀਰ ਬਾਦਲ ਜੀ ਕਹਿੰਦੇ ਪਾਣੀ 'ਚ ਬੱਸ ਆਊਗੀ ਫਿਰ ਉਹ ਸੜਕ 'ਤੇ ਚੱਲੂਗੀ, ਹੁਣ ਉਹ ਗੱਲ ਤਾਂ ਨਹੀਂ ਚੱਲੀ। ਹੁਣ ਉਹ ਕਹਿਣਗੇ ਪਾਣੀ ਵਾਲੀ ਬੱਸ ਜਿਹੜੀ ਪਾਣੀ 'ਚ ਚੱਲੇਗੀ ਫਿਰ ਸੜਕ 'ਤੇ ਚੱਲੇਗੀ, ਫਿਰ ਸੜਕ ਤੋਂ ਬਾਅਦ ਉਹ ਸਮਾਨ ਛੁੱਟ ਜਾਏਗੀ, ਫਿਰ ਉਹਦੇ ਤੋਂ ਮੈਂ ਛੱਟੀ ਲੈ ਕੇ ਬਾਦਲ ਬੱਦਲਾਂ ਨੂੰ ਹਿਲਾਵਾਂਗਾ ਅਤੇ ਫਿਰ ਬਾਰਿਸ਼ ਹੋਇਆ ਕਰੇਗੀ। ਉਹ ਸੁਖਬੀਰ ਜੀ ਇਹ ਵੀ ਕਹਿ ਸਕਦੇ।